ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਧੁੰਦਾ। ਧੁੰਦਾ ਪਿੰਡ ਦੋਸਤੋ ਤਹਿਸੀਲ ਖੰਡੂਰ ਸਾਹਿਬ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਦਾ ਪਿੰਡ, ਨੇੜੇ ਸ਼੍ਰੀ ਗੋਇੰਦਵਾਲ ਸਾਹਿਬ। ਵੀਰ ਹਰਿੰਦਰ ਸਿੰਘ ਠੇਕੇਦਾਰ ਦੇ ਕੋਲ ਆਏ ਹਾਂ ਦੋਸਤੋ, ਜਿੱਦਾਂ ਕਿ ਪਸ਼ੂ ਵਪਾਰ ਦਾ ਵੀ ਕੰਮ ਹੈ ਨਾਲ ਦੀ ਨਾਲ। ਕਾਫੀ ਵੀਡੀਓ ਜਿਹੜੀਆਂ ਦੋਸਤੋ, ਕੋਈ ਦੋ ਤਿੰਨ ਵੀਡੀਓ ਇਸ ਘਰੋਂ ਆਪਾਂ ਪਹਿਲਾਂ ਵਿਖਾਈਆਂ ਵੀ ਆ, ਅਪਲੋਡ ਕੀਤੀਆਂ ਨੇ। ਪਸ਼ੂ ਜਿਹੜੇ ਆ ਬਿਲਕੁਲ ਡੇਲੀ ਰੂਟੀਨ ਦੇ ਵਿੱਚ ਇਸ ਕਰੇ ਨਵੇਂ ਪੁਰਾਣੇ ਆਉਂਦੇ ਰਹਿੰਦੇ ਆ। ਸੋ ਸੇਲ ਪਰਚੇਜ ਦਾ ਕੰਮ ਫਸਟਲੀ ਇੱਕ ਆਪਾਂ ਇਹ ਦੱਸ ਦਿੰਦੇ ਹਾਂ, ਠੀਕ ਆ। ਸੋ ਵੀਰ ਹਰਿੰਦਰ ਸਿੰਘ ਠੇਕੇਦਾਰ ਓਨਰ ਨੇ, ਪੂਰੀ ਗੱਲਬਾਤ ਆਪਾਂ ਹਰ ਵਾਰ ਦੀ ਤਰ੍ਹਾਂ ਉਹਨਾਂ ਦੇ ਨਾਲ ਕਰ ਲਾਂਗੇ, ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਲਾਂਗੇ। ਆਪਾਂ ਅੱਜ ਚਾਰ ਪਸ਼ੂ ਦੋਸਤੋ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਣੇ ਆ। ਤਿੰਨ ਵਹਿੜਾਂ ਨੇ, ਇੱਕ ਵਹਿੜ ਬਿਲਕੁਲ ਐਚ ਐਫ ਬਰੀਡ ਦੀ ਜਿਹੜੀ ਹੈਗੀ ਦੋਸਤੋ ਤਾਜ਼ੀ ਸੂਈ ਸਵਾਈ ਆ, ਦੋ ਵਹਿੜਾਂ ਗੱਭਣ, ਇੱਕ ਝੋਟੀ ਆ, ਠੀਕ ਆ ਜੀ, ਉਹ ਵੀ ਤਾਜ਼ੀ ਸੂਈ ਆ। ਅੱਜ 1 ਨਵੰਬਰ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਹਾਂ। ਸਮਾਂ ਤੁਸੀਂ ਨੋਟ ਕਰ ਸਕਦੇ ਹੋ, ਕੋਈ ਮੋਰਨਿੰਗ ਦੇ 8:30 ਵਜੇ ਦਾ ਸਮਾਂ ਹੈਗਾ। ਸੋ ਐਨੀਮਲ ਚਾਰ ਦਿਖਾਉਣੇ ਆ, ਪਸੰਦ ਜਿਹੜਾ ਤੁਹਾਨੂੰ ਆਊਗਾ ਆਪਣਾ ਹੱਕ ਸਮਝ ਕੇ ਤਸੱਲੀ ਤੁਸੀਂ ਕਰਨੀ ਆ। ਨਰਕ ਪਰਖਾ ਗੱਭਣ ਪਸ਼ੂ ਆਪਣਾ ਤਿੱਪ ਕੇ ਤਸੱਲੀ ਜ਼ਰੂਰ ਕੀਤੀ ਜਾਵੇ, ਠੀਕ ਆ ਜੀ। ਸੋਏ ਸਵਾਏ ਨਕਦੀ 2 ਡੰਗ ਚੋਲੋ, 3 ਟਾਈਮ ਚੋਲੋ। ਆਓ ਕਰਦੇ ਹਾਂ ਗੱਲਬਾਤ ਭਾਅ ਜੀ ਹਰਿੰਦਰ ਸਿੰਘ ਹੋਰਾਂ ਦੇ ਨਾਲ, ਪੂਰੀ ਡਿਟੇਲ ਆਪਾਂ ਲੈ ਲੈਂਦੇ ਹਾਂ। ਇਕੱਲੇ ਇਕੱਲੇ ਪਸ਼ੂ ਨੂੰ ਖੋਲ੍ਹ ਕੇ ਤੋਰ ਕੇ ਦਿਖਾ ਦਾਂਗੇ, ਰੇਟ ਭਾਅ ਪੜਤਾ ਬਿਲਕੁਲ ਇਸ ਵੀਡੀਓ ਦੇ ਵਿੱਚ ਕਰ ਦਿੱਤਾ ਜਾਊਗਾ। ਸੋ ਬਾਕੀ ਮੌਕੇ 'ਤੇ ਮਾਨ ਤਾਨ ਜਿੱਤੇ ਦੱਸੇ ਗਏ ਰੇਟ ਦੇ ਮੁਤਾਬਕ ਜਿਹੜਾ ਦੋਸਤੋ ਮੌਕੇ 'ਤੇ ਮਾਨ ਤਾਨ ਉਹ ਹੋ ਜੂਗਾ ਹਰ ਇੱਕ ਪਸ਼ੂ ਦੇ ਵਿੱਚੋਂ, ਠੀਕ ਆ। ਆ ਜਾਓ ਜੀ, ਕਰੀਏ ਗੱਲਬਾਤ। ਆ ਜਾਓ ਭਾਅ ਜੀ, ਸਭ ਤੋਂ ਪਹਿਲਾਂ ਭਾਅ ਜੀ ਹਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਹਿਬ, ਠੀਕ ਠਾਕ ਹੋ? ਵਧੀਆ, ਕਿਰਪਾ ਜੀ। ਭਾਅ ਜੀ ਬਹੁਤ ਵਧੀਆ ਜੀ। ਅੱਛਾ ਭਾਅ ਜੀ, ਉਦੋਂ ਆਪਾਂ ਕੀਤੀ ਸੀ ਵੀਡੀਓ, ਇੱਕ ਅਪਲੋਡ ਕੀਤੀ ਸੀ ਪਸ਼ੂ ਉਹਦੇ 'ਚ ਵੀ, ਆਪਾਂ 2-3-4 ਨਗ ਸੀਗੇ। ਹਾਂਜੀ ਹਾਂਜੀ, ਵੇਖ ਗਏ ਸੀ ਸਾਰੇ, ਵੇਖ ਗਏ ਜੀ। ਠੀਕ ਆ, ਅਤੇ ਅੱਜ ਆਪਣੇ ਕੋਲ 4 ਨਗ ਆ। 4 ਨਗ ਜੀ, 3 ਵਹਿੜਾ, 1 ਵਹਿੜ ਸੂਈ ਆ ਪਰਸੋਂ ਦੀ ਜੀ, ਝੋਟੀ ਨੂੰ 4-5 ਦਿਨ ਹੋਏ ਸੂਈ ਨੂੰ, ਠੀਕ ਆ ਜੀ, 2 ਗੱਬਣਾ। ਲਓ ਜੀ, 4 ਨਗ ਟੋਟਲ ਨੇ। ਸੋ ਪਹਿਲੇ ਨੰਬਰ ਤੋਂ ਸਟਾਰਟ ਕਰ ਲਈਏ ਜੀ, ਜਿਹੜੀ ਸੂਈ ਹੈ ਇੱਧਰਲੇ ਪਾਸਿਓਂ ਕਰ ਲਈਏ ਸਟਾਰਟ। ਕੀ ਇਹਦਾ ਸੂਆ ਹੈ ਜੀ? ਸੂਆ ਕਿੰਨਵਾਂ ਸੂਈ ਹੈ? ਦੂਜੇ ਸੂਬੇ ਜੀ। ਦੂਜੇ ਸੂਬੇ ਆ, ਹਾਂਜੀ। ਅਤੇ ਦਿਨ ਕਿੰਨੇ ਕੁ ਹੋ ਗਏ ਸੂਈ? ਚੌਥਾ ਦਿਨ ਜੀ, ਨਾੜੂ ਨਾਲ ਲੱਗਾ ਬੱਚੇ ਦੇ। ਜ਼ਰੂਰ ਜੀ, ਬੱਚਾ ਦਿਖਾ ਦਾਂਗੇ। ਚੌਥਾ ਦਿਨ ਆ ਦੋਸਤੋ, ਦੂਜਾ ਸੂਆ ਸੂਈ ਆ, ਸੈਕਿੰਡ ਟਾਈਮਰ ਆ। ਸੋ ਜਿੱਦਾਂ ਕਿ ਆਪਾਂ ਨੋਰਮਲੀ ਇੱਕ ਐਚ ਐਫ ਬਰੀਡ ਵਾਲੀਆਂ ਵਹਿੜਾਂ ਦੇਖਦੇ ਹਾਂ, ਹਾਈਟ ਕੱਦ ਉਹਦੇ ਵਿੱਚ ਤੁਸੀਂ ਅਕਾਊਂਟ ਕਰ ਲਿਓ, ਵੱਡੀ ਹਾਈਟ ਆ। ਸੋ ਮੀਡੀਅਮ ਤੋਂ ਜਿਹੜੀ ਪਲੱਸ ਆ ਵੱਡੀਆਂ ਵਹਿੜਾਂ ਦੇ ਵਿੱਚ ਆਪਾਂ ਅਕਾਊਂਟ ਕਰ ਸਕਦੇ ਹਾਂ, ਠੀਕ ਆ ਜੀ। ਥਣ ਚੱਡੇ ਦੀ ਤੁਸੀਂ ਬਿਲਕੁਲ ਆ ਦੇਖ ਲਓ, ਠੀਕ ਆ ਜੀ। ਦੂਜੇ ਤੀਜੇ ਦਿਨ ਦੇ ਵਿੱਚ ਜਿਹੜਾ ਅੱਜ ਸੂਆ, ਮਗਰ ਮੇਲ ਕਾਫ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਪ੍ਰੋਪਰ, ਉਹ ਵੀ ਤੁਹਾਨੂੰ ਦਿਖਾ ਦਾਂਗੇ। ਬਾਕੀ ਸਪੇਸ ਥਣਾਂ ਦੀ ਕੋਈ 4-4 ਇੰਚ ਚੱਪੇ ਚੱਪੇ 'ਤੇ ਜਿਹੜਾ ਦੋਸਤੋ ਥਣ ਲੱਗਾ, ਮੁੱਠੀ ਥਣ ਆ, ਹੱਥੀ ਚਵਾਈ ਥਣ ਆ, ਠੀਕ ਆ ਜੀ। ਆਹ ਦੇਖੋ ਜੀ, ਸੋ ਹੁਣ ਬਿਲਕੁਲ ਮੌਕੇ ਦੀ ਗੱਲ ਕਰ ਲਈਏ ਤਾਂ ਬੌਲੇ 'ਤੇ ਚੱਲਦੀ ਆ। ਅੱਛਾ ਭਾਅ ਜੀ ਹਰਿੰਦਰ ਸਿੰਘ ਜੀ, ਕਿੰਨਾ ਕੁ ਬੌਲਾ ਚੋਇਆ ਜੀ? 18-19 ਲੀਟਰ ਦੁੱਧ ਆ ਜੀ ਬੌਲਾ, ਜਿਹੜਾ ਥੱਲੇ ਤਿਆਰ ਬਿਲਕੁਲ, ਠੀਕ ਆ, ਠੰਡਾ ਕੀਤਾ ਕੰਡੇ ਦੇ, ਠੀਕ ਹੈ ਜੀ। ਤੀਜਾ ਚੌਥਾ ਤੀਜਾ ਚੌਥਾ ਦਿਨ ਜੀ ਆ, ਚੌਥਾ ਦਿਨ ਨਾੜੂ ਨਾਲ ਬੱਚੇ। ਲਓ ਜੀ, ਮਗਰ ਬੱਚਾ ਮੇਲ ਕਾਫੀ ਹੈ, ਵੱਛਾ ਹੈ ਨਾ ਮਗਰ? ਵੱਛਾ ਵੱਛਾ। ਲਓ ਜੀ, ਮੇਲ ਕਾਫ ਆ ਅਤੇ ਨਾੜੂ ਬਿਲਕੁਲ ਬੱਚੇ ਦੇ ਨਾਲ, ਅਤੇ 18 ਲੀਟਰ ਕੋਈ ਵੀਰ ਬੋਲਾ ਮੰਨ ਲਏ, ਕੋਈ ਕੱਚਾ ਬੋਲਾ ਮੰਨ ਲਏ, ਠੀਕ ਆ। ਅਤੇ ਬਾਕੀ ਜਵਾਬ ਸਮਾਂ ਚੰਗਾ ਜੀ? ਬਹੁਤ ਵਧੀਆ ਜੀ, 1 ਨੰਬਰ। ਠੀਕ ਆ ਠੀਕ ਆ। ਅਤੇ ਕਿੰਨਾ ਮੁੱਲ ਭਾਅ ਜੀ ਦਾ ਕਰਦੇ ਹਾਂ? ਮੁੱਲ ਕਰਦੇ ਹਾਂ 80,000 ਰੁਪਈਆ। 80,000? ਹਾਂਜੀ। ਅੱਛਾ ਜੀ, ਅਤੇ ਲੈਣ ਦੇਣ? ਲੈਣ ਦੇਣ ਕੋਈ ਮੌਕੇ 'ਤੇ ਮਾਨਤਾ ਹੋ ਜੂਗਾ ਸਮਝ ਸਾਹਿਬ। ਅੱਛਾ ਜੀ, ਹਾਂਜੀ, 25-26 ਕਿਲੋ ਤੋਂ ਚੋਗੀ 2 ਦਿਨਾਂ। ਅੱਛਾ ਜੀ, ਲੋਕ ਦੋਸਤੋ 80,000, ਠੀਕ ਆ ਜੀ, ਡਿਮਾਂਡ 80,000 ਆ। ਬਾਕੀ ਥਾਂ ਥੋਣ ਜਿਹੜਾ ਤੁਹਾਨੂੰ ਚਾਰੇ ਪਾਸਿਓਂ ਇੱਕ ਵਾਰੀ ਜ਼ਰੂਰ ਦਿਖਾ ਦਿੰਦੇ ਹਾਂ, ਕਰੋ ਚੈੱਕ। ਆ ਲਓ ਜੀ, ਠੀਕ ਆ। ਬਾਕੀ ਥਾਂ ਪੂਰਾ ਮੁੱਠੀ ਆ ਦੋਸਤੋ, ਹੱਥੀ ਚਵਾਈ ਥਾਂ ਆ, ਤਾਜ਼ੀ ਸੂਈ ਆ। ਦੱਸਣ ਮੁਤਾਬਕ ਆ ਵੀਰ ਹਰਿੰਦਰ ਸਿੰਘ ਕਹਿੰਦੇ ਵੀ ਘੱਟੋ ਘੱਟ 25 ਲੀਟਰ ਦੁੱਧ ਚਵਾ ਦੂੰਗੀ, ਠੀਕ ਆ। ਪਰ ਹੁਣ ਜਿਹੜਾ 18 ਲੀਟਰ, ਠੀਕ ਆ, ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ। ਬਾਕੀ ਫੇਸ ਕੁਆਲਿਟੀ ਚੰਗੀ ਆ, ਦੂਜਾ ਸੂਆ ਦੱਸਿਆ, ਠੀਕ ਆ ਜੀ, ਸੈਕਿੰਡ ਟਾਈਮਰ ਆ। ਅਤੇ ਆਹ ਦੇਖੋ, ਠੀਕ ਆ ਜੀ,
ਓਕੇ ਅਗਲੀ ਵੈਟ ਆਪਣੇ ਕੋਲ ਆ ਗਈ ਇਹ ਗੱਬਣ ਆ ਜੀ ਗੱਬਣ ਗੱਬਣ ਜੀ ਹਾਂ ਅਗਲੀ ਵੈਟ ਗੱਬਣ ਨਾਲ ਦੀ ਨਾਲ ਜਿਹੜਾ ਦੋਸਤੋ ਕੱਢ ਕੇ ਬਾਹਰ ਤੋੜ ਕੇ ਦਿਖਾ ਦਿੰਦੇ ਹਾਂ ਅੱਛਾ ਭਾਜੀ ਇਹ ਤਾਂ ਕੋਈ ਮਿਲਕ ਰਿਕਾਰਡ ਪਤਾ ਪਿਛਲੇ ਪਿਛਲੀ 28 ਲੀਟਰ ਤੋਂ ਕੱਢੇ ਪਹਿਲੇ ਬੱਚੀ ਨੇ 28 ਲੀਟਰ ਸੁਬਾਹ ਦੋਸਤੋ ਦੂਜਾ ਸੂਣ ਜਾ ਰਹੀ ਹੈ 10 ਦਿਨ ਹਜੇ ਬਾਕੀ ਹੈ ਪੇਂਡਿੰਗ ਆ 10 ਦਿਨ ਲੈਫਟ ਹਜੇ ਸੂਣ ਦੇ ਵਿੱਚ ਪਿਛਲੇ ਸੂਬੇ ਦੇ ਵਿਚ 28 ਲੀਟਰ ਦੀ ਮਿਲਕ ਕਪੈਸਿਟੀ ਆ ਰਹੀ ਆ ਠੀਕ ਆ ਸੋ ਇਸ ਵਾਰ ਦੂਜਾ ਸੂਬਾ ਸਾਨੂੰ ਦੀ ਕਿਰਪਾ ਚਾਹੀਦੀ ਹੈ 30 ਤੋਂ ਪਲੱਸ ਹੋਊਗੀ ਠੀਕ ਆ ਜੀ ਤੇ ਥਾਂ ਤੁਹਾਨੂੰ ਪੂਰਾ ਵੈਸੇ ਹੱਥੀ ਜਵਾਈ ਥਾਣਾ ਦਸ ਕੁ ਦਿਨ ਦਾ ਸਮਾਂ ਕੱਚੀ ਆ ਠੀਕ ਆ 10 ਕੁ ਦਿਨ ਲੈਂਦੀ ਹੈ ਜੇ ਬਣੂ ਬਣੂਗੀ ਪੂਰਾ ਜੇ ਹਿਸਾਬ ਨਾਲ ਬਾਈ ਹਰਿੰਦਰ ਸਿੰਘ ਵੀਰ ਕਹਿੰਦਾ ਪਿਆ ਵੀ ਘੱਟੋ ਘੱਟ ਵੀ 28 ਲੀਟਰ ਦੀ ਮਿਲਕ ਕਪੈਸਿਟੀ ਆ ਇਸ ਵੈਟ ਦੀ ਪਿਛਲੇ ਸੂਬਿਆਂ ਦੇ ਦੌਰਾਨ ਉਹ ਹਿਸਾਬ ਨਾਲ ਜੇਕਰ ਵੇਖੀਏ ਤਾਂ ਭਾਂਡਾ ਜਿਹੜਾ ਲੇਵਾ ਦੋਸਤੋ ਫੁੱਲ ਖੋਲਣਾ ਵੱਡਾ ਲੇਵਾ ਬਣਾ ਕੇ ਤਿਆਰ ਕਰੂਗੀ ਠੀਕ ਆ ਖੁੱਲਾ ਝੋਲਾ ਠੀਕ ਹੈ ਜੀ ਸੋ ਵੱਡੀ ਕਦਕੜ ਵੀ ਸੋਹਣਾ ਵੱਡੀਆਂ ਵੈੜਾਂ ਨੇ ਐਚ ਐਫ ਬਰੀਡ ਦੀਆਂ ਅਤੇ ਅਗਲੀ ਜਿਹੜੀ ਤੀਜੇ ਨੰਬਰ 'ਤੇ ਆ ਗਈ ਆ ਦੋਸਤੋ ਹਾਈਟ ਕਰ ਦਿੰਦਾ ਵੀ ਚੰਗਾ ਠੀਕ ਆ ਮੀਡੀਅਮ ਤੋਂ ਉੱਪਰ ਵੱਡੀ ਹਾਈਟ ਤੁਸੀਂ ਮੰਨ ਸਕਦੇ ਜੇ ਬੇਲ ਬੂਲ ਦੀ ਚੰਗੀ ਸਪੈਸ਼ਲ ਹੈ ਇਹ ਵੀ ਗੱਬਣੀ ਹੈ ਜੀ ਗੱਬਣ ਗੱਬਣ ਇਹ ਵੀ ਸੂਬਾ ਕਿਨਮਾ ਜੀ ਇਹ ਦੂਜਾ ਸੂਬਾ ਜੀ ਅੱਛਾ ਜੀ ਦੂਜੇ ਸੂਬੇ ਦੇ ਵਿੱਚ ਇਹ ਦਿਨ ਲੈ ਜੂ ਅਜੇ ਵੀ 8-10 ਦਿਨ ਇਹ ਵੀ ਲੈ ਜੂ ਹਫ਼ਤਾ ਜੀ ਠੀਕ ਹੈ ਜੀ ਹਫ਼ਤਾ ਖੰਡ ਸਮਾਂ ਜਿਹੜਾ ਦੋਸਤੋ ਇਹ ਵੀ ਵੈੜ ਲੈ ਜੂਗੀ ਠੀਕ ਆ ਦੂਜਾ ਸੂਬਾ ਸੋਹਣਾ ਇਸ ਵੈੜ ਨੇ ਅਤੇ ਬੇਲ ਸਪੈਸ਼ਲ ਠੀਕ ਆ ਜੀ ਲੰਬਾਈ ਲੈਂਥ ਜਿਹੜੀ ਆ ਕਾਫੀ ਸੋਹਣੀ ਆ ਹਾਈਟ ਕੋਈ ਵੀਰ ਮੀਡੀਅਮ ਮੰਨ ਸਕਦਾ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਮੰਨ ਸਕਦੇ ਜੇ ਵੈਸੇ ਵੱਡੀਆਂ ਵੈੜਾਂ ਦੇ ਵਿੱਚ ਗਿਣਤੀ ਹੁੰਦੀ ਆ ਤਿੰਨੇ ਵੈੜਾਂ ਜਿਹੜੀਆਂ ਦੋਸਤੋ ਵਾਲੀਆਂ ਨਾ ਇਸ ਵੈੜ ਦਾ ਛੋਟਾ ਕਰਦਾ ਉਹਨਾਂ ਦੋ ਵੈੜਾਂ ਦੇ ਬਿਲਕੁਲ ਬਰਾਬਰ ਜਿਹੀ ਆ ਠੀਕ ਆ ਬਾਕੀ 8-7 ਦਿਨ ਇੱਕ ਹਫ਼ਤਾ ਸਮਾਂ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਹੋ ਕੋਈ ਵੀਰ ਇਹ ਹਫ਼ਤਾ ਖੰਡ ਸਮਾਂ ਲੈਂਦੀ ਹੈ ਜੀ ਠੀਕ ਹੈ ਜੀ ਅੱਛਾ ਭਾਅ ਜੀ ਅੰਦਰ ਕਿੰਨਾ ਇਹਦਾ ਮੁੱਲ ਕਿੰਨਾ ਰੱਖਿਆ ਹੋਇਆ ਇਹਦਾ 75,000 ਰੁਪਈਆ ਦਾ ਜੀ 75,000 ਹਾਂਜੀ ਠੀਕ ਹੈ ਜੀ ਚਵਾ ਦਿਓ 20 ਤੋਂ ਪਲੱਸ ਇਹ ਵੀ ਨਹੀਂ ਵੱਧ ਚਵਾਊਗੀ 20 ਤੋਂ ਪਲੱਸ 20 25 ਡੇਢ ਗੇੜ 25 ਮੰਨ ਕੇ ਚਲੋ ਜੀ ਠੀਕ ਹੈ ਜੀ 20 ਤੋਂ 25 ਸੁਣ ਦਾ ਨਹੀਂ ਪਤਾ ਵਛੀ ਨੂੰ ਬਿਲਕੁਲ ਬਹੁਤ ਸਹੀ ਸੁਲਾਗ ਜਿੱਦਾਂ ਹੋ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਵੀ ਦੁੱਧ ਪਾ ਕੱਢ ਜਾਂਦੀਆਂ ਨੇ ਠੀਕ ਆ ਵੈਣਾ 20 25 ਲੀਟਰ ਵੈਸੇ ਵੱਡੀਆਂ ਵੈਣਾਂ ਨੂੰ ਕੁਛ ਆਉਂਦਾ ਕੁਛ ਨਹੀਂਗਾ ਵੈਸੇ 20 25 ਲੀਟਰ ਦੀ ਮਿਲਕ ਕਪੈਸਿਟੀ ਰਹਿੰਦੀ ਆ ਸੋ ਉਹਦੇ ਅਕੋਰਡਿੰਗ ਤੁਸੀਂ ਜਿਹੜਾ 20-25 ਦੇ ਦਰਮਿਆਨ ਇਸ ਵੈੜ ਦਾ ਸੌਦਾ ਕਰ ਸਕਦੇ ਜੀ ਠੀਕ ਆ 20 ਤੋਂ 25 ਦੇ ਦਰਮਿਆਨ ਜਿਹੜਾ ਦੁੱਧ ਪਾ ਦਿਓਗੀ ਠੀਕ ਆ ਸਪੇਸ ਚੰਗੀ ਆ ਕੋਈ ਜੋੜ ਕੇ ਬਾਹਲੇ ਥਾਂ ਨਹੀਂ ਰੱਖਦੀਆਂ ਕੋਈ ਵੈੜਾਂ ਵੀ ਜਿਹਨਾਂ ਤਿੰਨਾਂ ਦੀ ਆਪਾਂ ਗੱਲ ਕਰ ਲਈਏ ਕੋਈ 5-4 ਇੰਚਾਂ ਦੀ ਸਪੇਸ ਜਿਹੜੀ ਹੈਗੀ ਆ ਠੀਕ ਆ ਅਤੇ 75,000 ਦੀ ਹੈ ਜੀ ਠੀਕ ਆ ਜੀ ਇਸ ਤੋਂ ਬਾਅਦ ਇੱਕ ਦੋਸਤੋ ਝੋਟੀ ਇਹ ਤੁਹਾਨੂੰ ਦਿਖਾ ਦਿੰਦੇ ਠੀਕ ਆ ਝੋਟੀ ਆ ਕੱਦ ਕਰ ਪੂਰਾ ਉੱਚਾ
ਵੱਡੀ ਝੋਟੀ ਆ, ਨਵੀਂ ਝੋਟੀ ਆ, ਪਹਿਲੇ ਨਹੀਂ ਹੈ ਸੂਈ, ਪਹਿਲਾਂ ਸੂਆ ਸੂਈ ਹੈ, ਠੀਕ ਹੈ ਜੀ। ਬੱਚਾ ਮਗਰ ਕੱਟੀ ਹੈ, ਮੇਲ ਸਾਫ ਆ, ਠੀਕ ਹੈ, ਝੋਟੀ ਵਾਹਵਾ ਚੰਗੀ ਹੈ, ਲਓ ਜੀ। ਸੋ ਫੁੱਲ ਵੱਡੀ ਹਾਈਟ ਆ ਦੋਸਤੋ, ਪਹਿਲਾਂ ਝੋਟੀ ਸੂਈ ਹੈ, ਠੀਕ ਹੈ ਜੀ, ਫਸਟ ਟਾਈਮਰ ਆ ਝੋਟੀ, ਵੱਡੇ ਕੱਦ ਕੱਢਦੀ ਆ, ਥਣ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਆ। ਚਵਾਈ ਜਾਂਦੀ ਹੋ ਗਈ ਹੈ ਜੀ ਮੋਰਨਿੰਗ? ਇੱਥੇ ਚਲਾ ਗਿਆ। ਠੀਕ ਹੈ ਜੀ, ਸੋ ਫੇਸ ਕੁਆਲਿਟੀ ਚੰਗੀ ਆ, ਸਿੰਘਾਂ ਸੁੰਘਾਂ ਦੀ ਬਣਤਰ ਥੋੜ੍ਹਾ ਜਿਹਾ ਬੈਕ ਸਾਈਡ ਤੋਂ ਰਾਊਂਡ ਕੀਤਾ, ਗੁਲਾਈ ਦੇ ਵਿੱਚ ਆ ਪੂਰਾ ਸਿੰਘ, ਅਤੇ ਨਵੀਂ ਝੋਟੀ ਆ, ਠੀਕ ਹੈ ਜੀ। ਵੈਸੇ ਭਾਅ ਜੀ ਵੈਸੇ ਚੌਕੀ ਚੁੱਕੀ ਹੋਵੇਗੀ, ਛਿੱਕੀ ਹੈ, ਠੀਕ ਹੈ। ਮੂੰਹ 6 ਦਿਨ ਦਾ, ਮਗਰ ਕੱਟਾ ਮੇਲ ਕਾਫ ਆ। ਸੂਈ ਨੂੰ ਕਿੰਨੇ ਕੁ ਦਿਨ ਹੋ ਗਏ? ਪੰਜਵਾਂ ਦਿਨ। ਅਤੇ ਨੋਰਮਲੀ ਫਿਰ ਦੁੱਧ ਹੀ ਬਣਨ ਲੱਗ ਪਿਆ? ਦੁੱਧ ਕਿੰਨਾ ਕੁ ਹੋਣਾ ਚੋਇਆ? ਕੋਈ 2 ਡੰਗ ਦਾ ਜਿਹਦੇ ਥੱਲੇ 8 ਕਿਲੋ ਬਹੁਤ ਆ, 8 ਕਿਲੋ, ਹਾਂਜੀ। ਜਵਾਬ ਸਮਾਧੀ ਚੰਗੀ ਨਿਕਲੀ? ਚੰਗੀ, ਕੋਈ ਭੂਰ ਸਿੱਟਾ ਨਹੀਂ, ਥਣ ਕੱਢਦੀ ਆ। ਅੱਛਾ ਜੀ, ਹਾਂਜੀ, ਠੀਕ ਆ ਜੀ। ਲਓ ਵੀ ਦੋਸਤੋ, ਜਵਾਬ ਸਮਾਧ 1 ਨੰਬਰ ਆ, 8 ਕਿਲੋ ਬੋਲਾ ਹੋ ਕੇ ਵੀਰ ਮੰਨ ਸਕਦਾ, ਕੋਈ ਚੌਥੇ ਪੰਜਵੇਂ ਦਿਨ ਦੇ ਦੌਰਾਨ ਆ। ਬੱਚਾ ਬਿਲਕੁਲ ਤੁਹਾਡੇ ਸਾਹਮਣੇ ਆ, ਬਲੈਕ ਬਿਲਕੁਲ ਬੱਚਾ, ਥੋੜ੍ਹੀ ਜਿਹੀ ਪੂਛਦੇ ਮਗਰ ਵਾਲ ਜਿਹੜੇ ਵਾਈਟ ਆ, ਇੱਕ ਅੱਧਾ ਇੰਚ, ਅਤੇ ਬੱਚਾ ਮਗਰ ਮੇਲ ਕਾਫ। ਇਹਦਾ ਭਾਅ ਜੀ ਰਿੰਦਰ ਸਿੰਘ ਕਿੰਨਾ ਮੁੱਲ? 82,000 ਰੁਪਈਆ ਜੀ। 82,000, ਹਾਂਜੀ, ਠੀਕ ਹੈ ਜੀ। ਸੋ ਬਾਕੀ ਮੌਕੇ 'ਤੇ ਮਾਨਤਾਨ ਹੋ ਜੂਗਾ, ਮਾਨਤਾਨ ਜੋ ਛੋਟ ਵੱਟਾ ਹੋ ਜੂਗਾ ਜੀ, ਉਹ ਹਰ ਇੱਕ ਪਸ਼ੂ ਦੇ ਵਿੱਚੋਂ ਚਲੋ ਹੁੰਦਾ ਹੀ, ਹਰ ਵਾਰ ਹੁੰਦਾ ਹੀ ਆ, ਹਾਂਜੀ ਹਾਂਜੀ। ਅਤੇ ਅੱਜ ਫਿਲਹਾਲ ਆਪਣੇ ਕੋਲ 4 ਐਨੀਮਲ ਸੀ, ਠੀਕ ਹੈ ਜੀ। ਸੋ 4 ਪਸ਼ੂ ਅੱਜ ਦੋਸਤੋ ਜਿਹੜੇ ਅਵੇਲੇਬਲ ਨੇ ਭਾਅ ਜੀ ਹਰਿੰਦਰ ਸਿੰਘ ਹੋਰਾਂ ਦੇ ਕੋਲ, ਪਿੰਡ ਧੁੰਦੇ ਤੁਸੀਂ ਖਾਸ ਵਿਜਿਟ ਕਰਨੀ ਆ। 2 ਵੇਣਾ ਬਿਲਕੁਲ ਤਿਆਰ ਹੀ ਸਮਝੋ ਤੁਸੀਂ, ਇਕੱਠਾ ਦਸਾਂ ਦਿਨਾਂ ਦੀ ਵਿੱਥੀ 'ਤੇ ਜਿਹੜਾ ਬਿਲਕੁਲ ਸੁਣਦੀਆਂ ਨੇ, ਠੀਕ ਆ। 1 ਵੈਟ ਜਿਹੜੀ ਬਿਲਕੁਲ ਤਾਜ਼ੀ ਸੂਈ ਹੈ, ਕੋਈ 18-17 ਲੀਟਰ ਬੋਲੇ 'ਤੇ ਜਿਹੜਾ ਸਟਾਰਟਿੰਗ ਆ ਅੱਜ, ਤੀਜੇ ਚੌਥੇ ਦਿਨ, ਤੀਜੇ ਦਿਨ ਦੇ ਦੌਰਾਨ, ਠੀਕ ਆ। ਮੇਲ ਕਾਫ ਆ, ਅਤੇ ਵਿਹੜਾ ਚੰਗੀਆਂ ਡੱਬੀਆਂ ਵਿਹੜਾ ਨੇ, ਕਾਫੀ ਵੀਰ ਪਸੰਦ ਕਰਦੇ ਆ ਉਹਨਾਂ, ਠੀਕ ਆ ਜੀ। ਅਤੇ ਨੰਬਰ ਭਾਅ ਜੀ ਹਰਿੰਦਰ ਜੀ ਇੱਕ ਆਪਣੇ ਜ਼ਰੂਰ ਬੋਲ ਦਈਏ। 98145 ਜੀ, 92876, ਠੀਕ ਹੈ ਜੀ, ਠੀਕ ਆ। ਸੋ ਦੋਸਤੋ, ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 4 ਨਗ ਟੋਟਲ ਦਿਖਾਉਣੇ ਸੀਗੇ, ਠੀਕ ਆ। 4 ਨਗਾਂ ਦੀ ਡਿਟੇਲ ਜਿਹੜੀ ਆ ਤੁਹਾਡੇ ਨਾਲ ਆਪਾਂ ਸਾਂਝੀ ਕਰਤੀ ਆ। ਐਨੀਮਲ ਜਿਹੜਾ ਪਸੰਦ ਹੋਊਗਾ ਤਸੱਲੀ ਤੁਸੀਂ ਕਰ ਲਿਓ, ਆਪਣਾ ਹੱਕ ਸਮਝ ਕੇ ਤਸੱਲੀ ਕਰ ਲਿਓ, ਠੀਕ ਆ ਜੀ। ਸੋ ਇਸੇ ਤਰ੍ਹਾਂ ਪਸ਼ੂ ਆ ਡੇਲੀ ਰੂਟੀਨ ਦੇ ਵਿੱਚ ਇਸ ਘਰ ਆਉਂਦੇ ਜਾਂਦੇ ਰਹਿੰਦੇ ਆ, ਨਵੇਂ ਪੁਰਾਣੇ, ਆਪਦਾ ਸਮੇਂ ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਜੇ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।